ਬੀਜੇਪੀ ਬਹੁਤ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਐਤਕੀ ਦੇ ਰਿਜ਼ਲਟ ਵੀ ਵਧੀਆ ਆਉਣਗੇ। ਬੀਜੇਪੀ ਸਾਨੂੰ 20 ਕਰੋੜ 'ਚ ਖਰੀਦ ਰਿਹਾ, 5 ਕਰੋੜ ਤੁਸੀਂ ਕਾਂਗਰਸ ਛੱਡ ਕੇ ਬੀਜੇਪੀ, ਤੁਹਾਨੂੰ ਕਿੰਨੇ ਕੁ ਦਿੱਤੇ ਪੈਸੇ? 1 ਪੈਸਾ ਨੇ ਔਰ ਇਹਨਾਂ ਨੂੰ ਵੀ ਨਹੀਂ ਦਿੱਤਾ। ਦੇਖੋ ਮੈਂ ਕੋਈ ਨੰਬਰ ਨਹੀਂ ਦੇ ਸਕਦੀ, ਸ਼ੁਰੂਆਤ ਹੀ ਹੋਈ ਆ ਹਾਲੇ, ਪਰ ਇੰਨਾ ਮੈਂ ਕਹਿ ਸਕਦੀ ਹਾਂ ਕਿ ਬੀਜੇਪੀ ਦੀਆਂ ਜਿਹੜੀਆਂ ਜੜ੍ਹਾਂ ਨੇ ਬਹੁਤ ਮਜ਼ਬੂਤੀ ਨਾਲ ਲੱਗ ਰਹੀਆਂ ਨੇ। ਹੁਣ ਸਾਡੀ ਜਿਹੜੀ ਲਾਈਫ ਹੈ, ਜਦ ਅਸੀਂ ਕੋਈ ਧਾਰਮਿਕ ਸਮਾਗਮ 'ਚ ਜਾਈਏ ਤਾਂ ਉਹ ਕੁਛ ਸਮੇਂ ਦੇ ਲਈ ਬਹੁਤ ਹੀ ਆਨੰਦ ਆਉਂਦਾ ਔਰ ਆਪਣੇ ਆਪ ਦੇ ਵਿੱਚ ਐਨਰਜੀ ਹੋਰ ਆ ਜਾਂਦੀ ਹੈ। ਸੋ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ। ਰਾਹੁਲ ਗਾਂਧੀ ਦਾ ਬਿਆਨ ਹੈ ਜੀ ਵੀ ਬੀਜੇਪੀ ਨੂੰ 180 ਸੀਟਾਂ ਨਹੀਂ ਆਉਂਦੀਆਂ, ਕਿਸ ਤਰ੍ਹਾਂ ਦੇਖਦੇ ਹੋ ਰਾਹੁਲ ਗਾਂਧੀ ਦੇ ਬਿਆਨ? ਚਲੋ ਬਿਆਨਬਾਜ਼ੀ ਜੋ ਮਰਜ਼ੀ ਕਰੇ, ਸਮੇਂ ਦੱਸ ਦੂਗਾ ਕਿੰਨੀਆਂ ਸੀਟਾਂ ਆਉਣਗੀਆਂ। ਅੱਜ ਜਿਹੜੀ ਮਹਾਰੈਲੀ ਹੋਈ ਹੈ ਗਠਬੰਧਨ ਇੰਡੀਆ, ਕਿਸ ਤਰ੍ਹਾਂ ਵਾਚ ਕਰ ਰਹੀ ਹੈ? ਮੈਂ ਅਸਲ 'ਚ ਸਾਰਾ ਦਿਨ ਬਾਹਰ ਰਹੀ ਹਾਂ, ਬਿਜ਼ੀ ਰਹੀ ਹਾਂ। ਮੈਂ ਭੁੱਲੀ ਗਈ ਕਿ ਉਹਨਾਂ ਦੀ ਰੈਲੀ ਹੋ ਰਹੀ ਹੈ, ਆਪਣੇ ਕੰਮਾਂ 'ਚ ਬਿਜ਼ੀ ਸੀ। ਸੋ ਆਈ ਰੀਅਲੀ ਡੋਂਟ ਨੋ, ਹਾਲੇ ਤੱਕ ਮੈਂ ਕੋਈ ਨਿਊਜ਼ ਦੇਖਿਆ ਨਹੀਂ। ਆਈ ਹੋਪ ਕਰੂੰਗੀ, ਬਾਕੀ ਲੋਕਾਂ 'ਤੇ ਹੈ। ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ, ਅੱਜ ਤੱਕ ਜੋ ਮੋਦੀ ਜੀ ਨੇ ਕਿਹਾ ਉਹ ਸੱਚ ਹੀ ਨਿਕਲਿਆ। ਕੀ ਪੰਜਾਬ 'ਚ ਬੀਜੇਪੀ ਕਾਂਗਰਸ ਨੂੰ ਹਾਈਜੈਕ ਕਰ ਰਹੀ ਹੈ? ਹਾਈਜੈਕ ਜਾਂ ਕੁਛ ਮੈਂ ਕਹਿ ਨਹੀਂ ਸਕਦੀ, ਪਰ ਬੀਜੇਪੀ ਬਹੁਤ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਐਤਕੀ ਦੇ ਰਿਜ਼ਲਟ ਵੀ ਵਧੀਆ ਆਉਣਗੇ ਔਰ ਇਹ ਨੀਹਾਂ ਧਰੀਆਂ ਜਾਣਗੀਆਂ 2027 ਦੀ ਗਵਰਨਮੈਂਟ ਬਣਾਉਣ ਦੇ ਲਈ। ਆਪ ਦੇ MLA ਹੁਣ ਜਾਂ ਮੰਤਰੀ ਹੁਣ ਲਗਾਤਾਰ ਕਹਿ ਰਹੇ ਨੇ ਬੀਜੇਪੀ ਸਾਨੂੰ 20 ਕਰੋੜ 'ਚ ਖਰੀਦ ਰਿਹਾ, 5 ਕਰੋੜ ਤੁਸੀਂ ਕਾਂਗਰਸ ਛੱਡ ਕੇ ਬੀਜੇਪੀ, ਤੁਹਾਨੂੰ ਕਿੰਨੇ ਕੁ ਦਿੱਤੇ ਪੈਸੇ? 1 ਪੈਸਾ ਨੇ ਔਰ ਇਹਨਾਂ ਨੂੰ ਵੀ ਨਹੀਂ ਦਿੱਤਾ। ਇਹਨਾਂ ਨੇ ਆਪਣਾ ਮੁੱਲ ਆਪ ਹੀ ਧਰ ਲਿਆ ਔਰ ਜਿਸ ਤਰ੍ਹਾਂ ਝੂਠ ਦੇ ਉੱਤੇ ਹੀ ਚੱਲਦੇ ਆਏ ਨੇ, ਹੁਣ ਇੱਕ ਹੋਰ ਸ਼ੋਸ਼ਾ ਛੱਡਤਾ ਕਿ ਸਾਨੂੰ 20 ਕਰੋੜ 25 ਕਰੋੜ ਦੇ ਰਹੇ ਨੇ। ਅਤੇ ਮੇਰੇ ਖਿਆਲ 'ਚ ਇਹ ਆਪਣੀ ਜਿਹੜੀ ਇਹਨਾਂ ਦੀਆਂ ਕਮੀਆਂ ਨੇ, ਜਿਹੜਾ ਇਹਨਾਂ ਦਾ ਗ੍ਰਾਫ ਡਾਊਨ ਹੈ ਉਸ ਨੂੰ ਛੁਪਾਉਣ ਦੇ ਲਈ ਇਹ ਉਹਨਾਂ ਨੇ ਗੱਲ ਸ਼ੁਰੂ ਕਰਤੀ। ਦੇਖੋ ਹਾਲੇ ਤੱਕ ਤਾਂ ਮੈਂ BJP ਦੇ ਲਈ ਕੰਮ ਕਰ ਰਹੀ ਸੀ, ਅਸੀਂ ਚੋਣਾਂ ਦੇ ਵਿੱਚ ਲਗਾਤਾਰ ਚੱਲ ਰਹੇ ਹਾਂ। ਹੁਣ ਕੱਲ੍ਹ ਮੈਨੂੰ ਡਿਕਲੇਅਰ ਕੀਤਾ ਕੈਂਡੀਡੇਟ, ਹੁਣ ਅਸੀਂ ਸ਼ੁਰੂ ਕਰਾਂਗੇ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਵਧੀਆ ਤਰੀਕੇ ਨਾਲ ਚੱਲਾਂਗੇ ਕਿਉਂਕਿ ਹਰ ਰੋਜ਼ ਤਾਕਤ ਬੜੀ ਰਹੀ ਹੈ। ਖੜਗੇ ਸਾਹਿਬ ਕਹਿ ਰਹੇ ਨੇ ਕਿ BJP ਅਤੇ RSS ਜ਼ਹਿਰ ਵਰਗੇ ਨੇ, ਉਹਨਾਂ ਦੀ ਸਟੇਟਮੈਂਟ ਆਈ ਹੈ, ਕਿਵੇਂ ਵਾਚ ਕਰਦੇ ਇਸ ਚੀਜ਼ ਨੂੰ, ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀ? ਉਹਨਾਂ ਨੂੰ ਲੱਗਦੇ ਹੋਵਾਂਗੇ ਅਸੀਂ ਜ਼ਹਿਰ ਵਰਗੇ, ਪਰ ਜਿਹੜੀ ਪਬਲਿਕ ਆ ਉਹੀ ਦੱਸੂਗੀ। ਮੈਮ, ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਅੱਜ ਵੀ ਔਰ ਲਗਾਤਾਰ ਕਿਸਾਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਕਿ ਸੈਂਟਰ ਨੇ, ਖਾਸ ਕਰਕੇ BJP ਨੇ ਸਾਡੇ 'ਤੇ ਗੋਲੇ ਵਰਾਏ ਨੇ, ਗੋਲੀਆਂ ਚਲਾਈਆਂ ਨੇ ਅਤੇ ਇਲੈਕਸ਼ਨ ਸਿਰ 'ਤੇ ਆ, ਕਿਵੇਂ ਦੇਖਦੇ ਹੋ ਕਿਸਾਨ ਭੁਗਤੂਗਾ BJP ਨੂੰ? ਹਾਂਜੀ, ਕਿਸਾਨ ਭੁਗਤੂਗਾ ਜੀ BJP ਨੂੰ, ਵੋਟ ਪਾਉਣਗੇ ਕਿਸਾਨ BJP ਨੂੰ? ਉਹ ਤੁਸੀਂ ਕਿਸਾਨਾਂ ਨੂੰ ਪੁੱਛੋ ਜੀ, ਮੈਨੂੰ ਨਾ ਪੁੱਛੋ। ਨਹੀਂ, ਉਹ ਤਾਂ ਲਗਾਤਾਰ ਐਂਟੀ ਚੱਲ ਰਹੇ ਨੇ। ਫਿਰ ਜੇ ਐਂਟੀ ਚੱਲ ਰਹੇ ਨੇ ਤਾਂ ਦੇਖਦੇ ਹਾਂ, ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ। ਸਾਨੂੰ ਇੱਕ ਇੱਕ ਵੋਟਰ ਦੀ ਕਦਰ ਹੈ, ਇੱਕ ਇੱਕ ਵੋਟਰ ਨੂੰ ਅਸੀਂ ਅਪਰੋਚ ਕਰਾਂਗੇ। ਬਾਕੀ ਲੋਕਤੰਤਰ ਹੈ, ਜੋ ਉਹਨਾਂ ਦੀ ਮਰਜ਼ੀ ਹੋ ਗਈ ਅੱਗੇ ਉਸ ਤਰ੍ਹਾਂ ਵੋਟ ਪਾਉਣਗੇ। ਭਗਵੰਤ ਮਾਨ ਨੇ ਕਿਹਾ ਕੇਜਰੀਵਾਲ ਤੋਂ ਜੇਲ੍ਹ ਭੇਜ ਤਾਂ ਉਹਦੀ ਸੋਚ ਨੂੰ ਕਿਵੇਂ ਜੇਲ੍ਹ ਤੋਂ ਗ੍ਰਿਫਤਾਰ ਕਰੋ, ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋ, ਉਹਨਾਂ ਨੂੰ ਤਾਂ ਜੇਲ੍ਹ ਭੇਜ ਤਾ।
ਕੇਜਰੀਵਾਲ ਵੀ ਉਹਦੀ ਸੋਚ ਨੂੰ ਕਿਵੇਂ ਤੁਸੀਂ ਗ੍ਰਿਫਤਾਰ ਕਰੋਗੇ ਭਗਵੰਤ ਮਾਨ ਦਾ ਬੀਜੇਪੀ ਦੇ? ਬੀਜੇਪੀ ਕਿਸ ਤਰ੍ਹਾਂ ਸੋਚ ਨੂੰ ਤਾਂ ਕੋਈ ਗ੍ਰਿਫਤਾਰ ਕਰ ਨਹੀਂ ਸਕਦਾ, ਨਾ ਅੱਜ ਤੱਕ ਹੋਈ ਹੈ, ਸੋ ਇਹ ਸਟੇਟਮੈਂਟ ਬਣਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ। ਗ੍ਰਿਫਤਾਰ ਤਾਂ ਬੋਡੀ ਹੁੰਦੀ ਹੈ, ਮਾਇੰਡ ਤਾਂ ਹੁੰਦਾ ਨਹੀਂ, ਸੋ ਇਹਦਾ ਲੋੜ ਹੀ ਨਹੀਂ ਇਹੋ ਜਿਹੀ ਗੱਲ ਕਰਨ ਦੀ। ਦੇਖੋ ਮੈਂ ਕੋਈ ਨੰਬਰ ਨਹੀਂ ਦੇ ਸਕਦੀ, ਸ਼ੁਰੂਆਤ ਹੀ ਹੋਈ ਹੈ ਹਾਲੇ, ਪਰ ਇੰਨਾ ਮੈਂ ਕਹਿ ਸਕਦੀ ਹਾਂ ਕਿ ਬੀਜੇਪੀ ਦੀਆਂ ਜਿਹੜੀਆਂ ਜੜ੍ਹਾਂ ਨੇ ਬਹੁਤ ਮਜ਼ਬੂਤੀ ਨਾਲ ਲੱਗ ਰਹੀਆਂ ਨੇ ਹੁਣ। ਪਹਿਲਾਂ ਲੱਗ ਰਿਹਾ ਸੀ ਅਕਾਲੀ ਦਲ ਨਾਲ ਗਠਬੰਧਨ ਹੋ ਜੂਗਾ, ਕੀ ਲੱਗਦਾ ਕਿ ਜਿਹੜਾ ਫਿਰ ਮਜ਼ਬੂਤ ਵੀ ਹੋਣੀ ਸੀ ਪਾਰਟੀ ਜੇ ਹੋ ਜਾਂਦਾ ਗਠਬੰਧਨ ਅਕਾਲੀ ਦਲ ਨਾਲ, ਐਂਡ ਲਾਸਟ 'ਤੇ ਜਾ ਕੇ ਅਲਾਇੰਸ ਟੁੱਟਿਆ? ਦੇਖੋ ਅਲਾਇੰਸ ਦਾ ਆਪਣਾ ਥਾਂ ਹੁੰਦਾ, ਨਹੀਂ ਹੁੰਦਾ ਤਾਂ ਹੁਣ ਬੀਜੇਪੀ ਜ਼ਿਆਦਾ ਕੰਮ ਕਰੂਗੀ, ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤੀ ਨਾਲ ਰੱਖਣ ਦੇ ਲਈ ਔਰ ਅੱਗੇ ਦੇ ਲਈ ਜ਼ਿਆਦਾ ਕੰਮ ਹੋਊਗੀ। ਸੋ ਜੋ ਰੱਬ ਕਰਦਾ ਮੇਰੇ ਖਿਆਲ 'ਚ ਅੰਤ ਦੇ ਵਿੱਚ ਠੀਕ ਹੀ ਕਰਦਾ। ਡਾਕਟਰ ਬਲਵੀਰ ਸਿੰਘ ਨੇ ਪਿੱਛੇ ਜਾਏ ਤੇ ਉਹ ਬਿਆਨ ਕੀਤਾ ਸੀ ਵੀ ਤਿੰਨ ਵਾਰੀ MP ਰਹੇ ਨੇ, ਚਾਰ ਵਾਰੀ ਵੀ ਕੁਛ ਕੀਤਾ ਨਹੀਂ ਪਟਿਆਲਾ, ਉਹਨਾਂ ਨੂੰ ਇੰਨਾ ਹੀ ਪੁੱਛ ਲਓ। ਮੈਂ ਕੁਛ ਨਹੀਂ ਕਹਿੰਦੀ ਹੋਰ ਕਿ ਜਿਹੜਾ ਮਲਟੀ ਸਪੈਸ਼ਲਿਟੀ, ਤੁਸੀਂ ਹੈਲਥ ਮਿਨਿਸਟਰ ਹੋ ਨਾ, ਜਿਹੜਾ ਮਲਟੀ ਸਪੈਸ਼ਲਿਟੀ ਮੈਂ ਲੈ ਕੇ ਆਈ ਸੀ ਦਿੱਲੀ ਤੋਂ, ਐਡਾ ਵਧੀਆ ਰਜਿੰਦਰਾ ਹੋਸਪਿਟਲ 'ਚ ਸਾਰਾ ਬਣਿਆ ਹੋਇਆ, ਸਾਰੀਆਂ ਮਸ਼ੀਨਾਂ ਆਈਆਂ। ਤੁਸੀਂ ਆਪਣੇ ਵੱਲੋਂ ਜਿਹੜੀ ਹੈਲਥ ਅਥੋਰਿਟੀ ਸਭ ਤੋਂ ਕਹਿੰਦੇ ਆ ਸਾਡੀ ਪ੍ਰਾਇਓਰਿਟੀ ਹੈ, ਉਹਦੇ ਵਿੱਚ ਡਾਕਟਰ ਤਾਂ ਲਗਾਓ, ਲੋਕਾਂ ਨੂੰ ਸਹੂਲਤਾਂ ਤਾਂ ਦਿਓ, ਫਿਰ ਮੇਰੇ ਨਾਲ ਗੱਲ ਕਰੋ ਕਿ ਕੀ ਲੈ ਕੇ ਆਏ ਆ।